ਹੈਲੋ एवरीवन वेलकम اور वेलकम बैक टू माय चैनल बीए सेमेस्टर 1 इंग्लिश कंपल्सरी ਦਾ प्रीवियस ईयर ਦਾ ਪੇਪਰ ਆਪਾਂ ਡਿਸਕਸ ਕਰਾਂਗੇ ਅੱਜ ਦਸੰਬਰ 2022 ਦਾ ਰੈਗੂਲਰ ਵਾਲਿਆਂ ਦਾ ਇਹ ਕੁਐਸਚਨ ਪੇਪਰ ਹੈ ਲੇਕਿਨ ਆਪਾਂ ਡਿਸਟੈਂਸ ਤੇ ਪ੍ਰਾਈਵੇਟ ਵਾਲਿਆਂ ਦਾ ਵੀ ਜਲਦੀ ਹੀ ਡਿਸਕਸ ਕਰਾਂਗੇ ਇਸ ਤੋਂ ਇਲਾਵਾ ਦੋਸਤੋ ਮੈਂ ਆਪਣੇ ਚੈਨਲ ਦੇ ਉੱਤੇ ਕਾਫੀ سارے ਸਬਜੈਕਟਸ ਦੀ ਤਿਆਰੀ ਕਰਾ ਰਹੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕੋਈ ਵੀ ਨੀਡੀ ਪਰਸਨ ਹੈ ਉਸ ਤੱਕ ਮੇਰੀ ਵੀਡੀਓ ਪਹੁੰਚਦੀ ਹੋਵੇ ਸੋ ਸਟਾਰਟ ਕਰਦੇ ਆਂ ਅੱਜ ਦਾ ਵੀਡੀਓ ਰੈਗੂਲਰ ਵਾਲਿਆਂ ਲਈ 75 ਨੰਬਰ ਦਾ ਪੇਪਰ ਆਂਦਾ ਹੈ ਲੇਕਿਨ ਡਿਸਟੈਂਸ ਵਾਲਿਆਂ ਲਈ ਪ੍ਰਾਈਵੇਟ ਵਾਲਿਆਂ ਲਈ 100 ਨੰਬਰ ਦਾ ਪੇਪਰ ਆਂਦਾ ਜੇ ਆਪਾਂ ਗੱਲ ਕਰੀਏ ਤਾਂ ਇੰਪੋਰਟੈਂਟ ਕੁਐਸਚਨ ਤਾਂ ਸਭ ਲਈ ਇੰਪੋਰਟੈਂਟ ਹੈ ਤਾਂ ਇਹ ਨਾ ਸੋਚਣਾ ਕਿ ਡਿਸਟੈਂਸ ਵਾਲੇ ਨੂੰ ਆਏ ਨੇ ਜਾਂ ਇਹ ਪ੍ਰਾਈਵੇਟ ਵਾਲੇ ਨੂੰ ਆਏ ਨੇ ਜਾਂ ਰੈਗੂਲਰ ਵਾਲੇ ਨੂੰ ਆਏ ਆ ਅਸੀਂ ਨਹੀਂ ਕਰਨੇ ਤਾਂ ਇਹ ਚੀਜ਼ ਨਹੀਂ ਹੈ ਸਭ ਲਈ ਹੀ ਇਹ ਕੁਐਸਚਨ ਇੰਪੋਰਟੈਂਟ ਹੈ ਸੋ ਗੱਲ ਕਰਦੇ ਆਂ ਸੈਕਸ਼ਨ A ਸੈਕਸ਼ਨ A ਦੇ ਵਿੱਚ ਜਿਹੜਾ ਹੈ ਤੁਹਾਡਾ ਫਰਸਟ ਹੀ ਚੈਪਟਰ ਹੈ ਕੈਰੈਕਟਰ ਸਕੈਚ ਆਫ ਰਹਿਮਾਨ ਕਾਬਲੀ ਵਾਲਾ ਜਿਹੜਾ ਤੁਹਾਡਾ ਚੈਪਟਰ ਹੈ ਉਹਦੇ ਵਿੱਚ ਉਹਦੀ ਰਹਿਮਾਨ ਦਾ ਕੈਰੈਕਟਰ ਆਇਆ ਹੋਇਆ ਤਾਂ ਮੋਸਟ ਪ੍ਰੋਬੇਬਲੀ ਸ਼ੋਰ ਹੈਗਾ ਕਿ ਇਸ ਵਾਰ ਆਪਾਂ ਨੂੰ ਮੀਨੀ ਦਾ ਕੈਰੈਕਟਰ ਆਜੇ ਜਾਂ ਹੋ ਸਕਦਾ ਹੈ ਥੀਮ ਆਜਵੇ ਠੀਕ ਹੈ ਲੇਕਿਨ ਤੁਹਾਨੂੰ ਕੈਰੈਕਟਰ ਸਕੈਚ ਵੀ ਆ ਸਕਦਾ ਤਾਂ ਯਾਦ ਜ਼ਰੂਰ ਕਰਕੇ ਰੱਖਿਓ ਰਹਿਮਾਨ ਦਾ ਕੈਰੈਕਟਰ ਸਕੈਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਫਰੈਂਡਸ਼ਿਪ ਵਾਲਾ ਇਹਨਾਂ ਦਾ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਫਰੈਂਡਸ਼ਿਪ ਆਫ ਮੀਨੀ ਐਂਡ ਕਾਬਲੀ ਵਾਲਾ ਸੈਕੰਡ ਜਿਹੜਾ ਕੁਐਸਚਨ ਹੈ ਉਹ ਹੈ ਮਿਸਟਰ ਟੈਗਡੇ ਦਾ ਕਰੈਕਟਰ ਸਕੈਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਬਹੁਤ ਵਾਰ ਪੇਪਰ ਚ ਆਇਆ ਹੋਇਆ ਤੇ ਚੈਪਟਰ ਦਾ ਨਾਮ ਹੈ ધ ਡੈਥ ਆਫ ਦਾ ਹੀਰੋ ਇਹਦੇ ਵਿੱਚ ਥੀਮ ਅਤੇ ਕਰੈਕਟਰ ਸਕੈਚ ਜਿਹੜਾ ਹੈ ਮਿਸਟਰ ਟੈਗਡੇ ਦਾ ਬਹੁਤ ਇੰਪੋਰਟੈਂਟ ਹੈ ਥੀਮ ਦਾ ਡੈਥ ਆਫ ਦਾ ਹੀਰੋ ਦਾ ਕੈਰੈਕਟਰ ਸਕੈਚ ਮਿਸਟਰ ਟੈਕਟਿਕ ਦਾ ਅਗਰ ਆਪਾਂ ਗੱਲ ਕਰੀਏ ਕਿ ਆਪਾਂ ਕਿੰਨੇ ਪੇजेस ਦੇ ਵਿੱਚ ਕੁਐਸਚਨ ਅਟੈਂਪਟ ਕਰਨਾ ਹੈ ਤਾਂ ਇੱਕ ਸਵਾ ਇੱਕ ਡੇਢ ਪੇਜ ਤੱਕ ਆਪਾਂ ਅਗਰ ਤੁਹਾਡੀ ਮੋਟੀ ਹੈਂਡ ਰਾਈਟਿੰਗ ਹੈ ਤਾਂ ਡੇਢ ਪੇਜ ਐਨ ਐਫ ਹੈ ਅਗਰ ਛੋਟੀ ਹੈਂਡ ਰਾਈਟਿੰਗ ਹੈ ਤਾਂ ਸਵਾ ਇੱਕ ਪੇਜ ਤਾਂ ਕਿ ਇਸ ਨੂੰ ਤੁਸੀਂ ਲੈ ਕੇ ਜਾਣਾ ਹੈ ਠੀਕ ਹੈ ਉਸ ਤੋਂ ਬਾਅਦ ਚ ਫਿਰ ਜਿਹੜਾ ਹੈ ਸੈਕੰਡ ਕੁਐਸਚਨ ਆ ਜਾਂਦਾ ਇਹਦੇ ਵਿੱਚੋਂ ਆਪਾਂ ਔਰ ਦਿਖ ਰਹੇ ਨਾ ਤੁਹਾਨੂੰ ਔਰ ਤਾਂ ਇਟ ਮੀਨਸ ਆਪਾਂ ਨੇ ਇੱਕ ਕੁਐਸਚਨ ਅਟੈਂਪਟ ਕਰਨਾ ਹੈ ਹੁਣ ਇੱਥੇ ਕੀ ਪੁੱਛਿਆ ਗਿਆ ਹੈ ਥੀਮ ਕਿਸਾ ਦਾ ਡਾਕਟਰਜ਼ ਵਰਡਾ اے ਵੀ ਪੇਪਰ ਚ ਹਮੇਸ਼ਾ ਆਉਂਦਾ ਹੀ ਆਉਂਦਾ ਹੈ ਕਿ ਡਾਕਟਰਜ਼ ਵਰਡ ਚੈਪਟਰ ਦੇ ਵਿੱਚੋਂ ਥੀਮ ਜਿਹੜਾ ਹੈ ਇਹ ਲਿਖੋ ਬਹੁਤ ਜ਼ਿਆਦਾ ਇੰਪੋਰਟੈਂਟ ਕੁਸ਼ਚਨ ਹੈ ਮੈਂ ਆਪਣੇ ਚੈਨਲ ਦੇ ਉੱਤੇ ਇਹ ਚੈਪਟਰ ਦੇ ਰਿਗਾਰਡਿੰਗ ਸਾਰੀਆਂ ਵੀਡੀਓਜ਼ ਪਾਈਆਂ ਹੋਈਆਂ ਜਿਨ੍ਹਾਂ ਨੇ ਚੈੱਕ ਨਹੀਂ ਕੀਤਾ ਚੈੱਕ ਆਊਟ ਜ਼ਰੂਰ ਕਰਿਓ ਉਸ ਤੋਂ ਬਾਅਦ ਚ ਥੀਮ ਕਿਹੜੀ ਸਟੋਰੀ ਦਾ ਗ੍ਰੀਨ ਪੈਲੇਟ ਸੀ ਨਾ ਕਿ ਇਹ ਚ ਬਹੁਤ ਉਮਦਾ ਸਟੋਰੀ ਹੈ ਬਹੁਤ ਹੀ ਜਿਆਦਾ ਇੰਟਰਸਟਿੰਗ ਇੱਕ ਹੋਰ ਕੁਐਸਚਨ ਆਉਂਦਾ ਹੁੰਦਾ ਹੈ ਦਾ ਡਸਕ ਵਾਲੇ ਚ ਉਹਦਾ ਥੀਮ ਬਹੁਤ ਜਿਆਦਾ ਇੰਪੋਰਟੈਂਟ ਹੈ ਉਸ ਤੋਂ ਬਾਅਦ ਅੱਗੇ ਮੂਵ ਕਰਦੇ ਆ ਸੈਕਸ਼ਨ ਬੀ ਤਾਂ ਇਹ ਜਿਹੜੇ ਕੁਐਸਚਨ ਹੈ ਇਹ ਵੀ ਤੁਸੀਂ 1.5 ਪੇਜ ਦੇ ਇੰਪੋਰਟੈਂਟ ਹੈ ਕਰਕੇ ਆਉਣੇ ਨੇ ਤਾਂ 1.5 ਪੇਜ ਤੱਕ ਤਾਂ ਇਹ ਨਾ ਦੋਨਾਂ ਕੁਐਸ਼ਨਸ ਨੂੰ ਕੁਐਸ਼ਨ ਨੰਬਰ 1 ਨੂੰ ਵੀ ਤੇ ਕੁਐਸ਼ਨ ਨੰਬਰ 2 ਨੂੰ ਵੀ ਠੀਕ ਹੈ ਔਰ ਇਹ ਨਾ ਮਤਲਬ ਇੱਕੋ ਕੁਐਸ਼ਨ ਜਿਹੜਾ ਮਰਜੀ ਤੁਸੀਂ ਦੋਨਾਂ ਚੋਂ ਕਰ ਸਕਦੇ ਹੋ ਤਾਂ ਉੱਪਰ ਵਾਲੇ ਚੋ ਵੀ ਦੋਨਾਂ ਦੇ ਵਿੱਚੋਂ ਜਿਹੜਾ ਮਰਜੀ ਤੁਸੀਂ ਇੱਕ ਕੁਐਸ਼ਨ ਅਟੈਂਪਟ ਕਰਨਾ ਹੈ ਲੇਕਿਨ ਕਰਨਾ ਡੇਢ ਪੇਜ ਤੱਕ ਹੈ ਠੀਕ ਹੈ ਤਾਂ ਇਹ ਚੀਜ਼ ਜ਼ਰੂਰ ਦਿਮਾਗ 'ਚ ਲੈ ਕੇ ਚੱਲਿਓ ਹੁਣ ਹੈ ਪੰਜ ਕੁਐਸ਼ਨ ਕਰਨੇ ਨੇ 50 60 ਵਰਡ ਦੇ ਇਟ ਮੀਨਸ ਤੁਸੀਂ 8-10 ਲਾਈਨਾਂ ਲਿਖ ਕੇ ਆਉਣੀਆਂ ਨੇ ਤਾਂ ਪੰਜ ਨੰਬਰ ਦਾ ਜਿਹੜਾ ਹੈਗਾ ਇੱਥੋਂ ਦੀ ਪੁੱਛਿਆ ਜਾਊਗਾ ਪੰਜ ਕੁਐਸ਼ਨ ਸੌਰੀ ਤਾਂ ਇਹਦੇ ਵਿੱਚ ਜਿਹੜੇ ਸ਼ਾਰਟ ਕੁਸ਼ਚਨ ਹੈ ਉਹ ਆਪਣੇ ਨੇ ਦਾ ਆਈਜ਼ ਆਰ ਨੋਟ ਹੇਅਰ ਦੇ ਵਿੱਚੋਂ ਵਾਈ ਡਸ ਦਾ ਆਥਰ ਲਾਈਕ ਅਬਾਊਟ ਦਾ ਹਿਲਸ ਇਨ ਅਕਤੂਬਰ ਅਕਤੂਬਰ ਦੇ ਵਿੱਚ ਜਿਹੜੀਆਂ ਹਿਲਸ ਨੇ ਉਹਦੇ ਬਾਰੇ ਆਥਰ ਨੂੰ ਕੀ ਪਸੰਦ ਸੀ ਵਟ ਸੈਂਸਿਸ ਡਸ ਹੀ ਯੂਜ਼ ਟੂ ਐਪਰੋਪਰੀਏਟ ਦਾ ਥਿੰਗਸ ਕਿਹੜੀਆਂ-ਕਿਹੜੀਆਂ ਸੈਂਸਸ ਯੂਜ਼ ਕਰਦੀ ਸੀ ਹੁਣ ਆਪਾਂ ਨੇ ਇਹ ਚੈਪਟਰ ਪੜ੍ਹਿਆ ਹੈ ਤਾਂ ਆਪਾਂ ਨੂੰ ਪਤਾ ਹੋਣਾ ਦੋਨਾਂ ਦੀਆਂ ਹੀ ਅੱਖਾਂ ਨਹੀਂ ਸੀ ਉਹ ਕਿੱਦਾਂ ਸੀ ਖੁਸ਼ਬੂ ਤੋਂ ਫਰੇਗਰੈਂਸ ਆਂਦੀ ਸੀ ਫੁੱਲਾਂ ਦੀ ਠੰਡੀਆਂ ਹਵਾਵਾਂ ਤੋਂ ਜਿਹੜੀਆਂ ਉਹਨਾਂ ਦੇ ਮੂੰਹ ਤੇ ਬੋਲੇ ਆਉਂਦੇ ਸੀਗੇ ਹੈਨਾ ਅੱਛਾ ਸੁਗੰਣ ਸ਼ਕਤੀ ਤੋਂ ਹੋ ਗਿਆ ਕੰਨਾਂ ਤੋਂ ਵਾਸਾ ਤੋਂ ਵੀ ਕਿ ਹੁਣ ਹਿਲੀ ਏਰੀਆਸ ਐਦਾਂ ਦੇ ਹੋਣਗੇ ਤਾਂ ਇਮੇਜਿਨ ਕਰ ਸਕਦਾ ਸੀ ਨਰੇਟਰ ਹਨਾ ਵਿਰਿੰਦਰ ਮੋਰੇ ਕੌਣ ਸੀ ਅਤੇ ਉਹ ਕੀ ਕਰਦਾ ਹੁੰਦਾ ਸੀ ਸੋ ਡੈਥ ਆਫ ਅ ਹੀਰੋ ਚੈਪਟਰ ਇਹ ਕੁਐਸਚਨ ਤਾਂ ਹਮੇਸ਼ਾ ਪੁੱਛਿਆ ਜਾਂਦਾ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਵਿਰਿੰਦਰ ਮੋਰੇ ਦਾ ਕਰੈਕਟਰ ਸਕੈਚ ਅਤੇ ਸ਼ਾਰਟ ਦੇ ਵਿੱਚ ਇਹ ਪੁੱਛਿਆ ਜਾਂਦਾ ਵਿਰਿੰਦਰ ਮੋਰੇ ਕੌਣ ਸੀ ਅਤੇ ਉਹ ਕੀ ਕਰਦਾ ਸੀ ਉਸਨੇ ਕੀ ਕੀਤਾ ਸੀ ਇੱਕ ਹੋਰ ਕੁਐਸਚਨ ਆਂਦਾ ਹੈ ਕਿ ਜਿਹੜਾ ਟੀਚਰ ਦਾ ਅੰਦਰਲਾ ਕਰੈਕਟਰ ਹੀਰੋ ਜਿਹੜਾ ਸੀ ਕਿੱਦਾਂ ਮਰ ਜਾਂਦਾ ਹੈ ਤਾਂ ਇਹ ਕੁਐਸਚਨ ਵੀ ਜਿਹੜਾ ਹੈ ਮੈਂ ਆਪਣੇ ਚੈਨਲ ਦੇ ਉੱਤੇ ਸ਼ਾਰਟ ਕੁਐਸਚਨ ਦੇ ਵਿੱਚ ਪਾਇਆ ਹੋਇਆ ਹੈ ਤਾਂ ਪਲੇਲਿਸਟ ਚੈੱਕ ਕਰ ਲਿਓ ਬੀਏ ਐਸਐਮ 1 ਇੰਗਲਿਸ਼ ਕੰਪਲਸਰੀ ਨਾਮ ਦੇ ਉੱਤੇ ਪਲੇਲਿਸਟ ਬਣੀ ਹੋਈ ਆ ਅਗਰ ਤੁਹਾਨੂੰ ਨਹੀਂ ਸਮਝ ਆ ਰਿਹਾ ਤਾਂ ਮੈਂ ਪਲੇਲਿਸਟ ਦੀ ਲਿੰਕ ਜਿਹੜਾ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜ਼ਰੂਰ ਪਿੰਨ ਕਰ ਦਾਂਗੀ ਉਸ ਤੋਂ ਬਾਅਦ ਕੁਐਸਚਨ ਹੈ ਕੈਪ ਡਰਾਈਵਰ ਜਿਹੜਾ ਸੀ ਉਹ ਕਿਉਂ ਦੁੱਖ ਦੇ ਵਿੱਚ ਸੀਗਾ ਕੌਜ਼ ਆਫ ਕੈਪ ਡਰਾਈਵਰਸ ਮਿਸਰੀ ਗਰੀਫ ਚੈਪਟਰ ਦੇ ਵਿੱਚ ਉਹ ਜਿਹਦਾ ਆਇਓਨਾ ਬੈਟਾ ਪਪ ਦਾ ਇੱਕੋ ਹੀ ਬੱਚਾ ਜਿਹੜਾ ਹੈ ਲੜਕਾ ਮਰ ਜਾਂਦਾ ਹੈ ਤਾਂ ਉਹਦੇ ਦੁੱਖ ਦਾ ਕੀ ਕਾਰਨ ਹੈ ਕਿਉਂਕਿ ਉਹਦਾ ਲੜਕਾ ਮਾਰਿਆ ਜਾਂਦਾ ਤੇ ਉਹਦਾ ਦੁੱਖ ਕੋਈ ਨਹੀਂ ਸੀ ਸੁਣ ਰਿਹਾ ਅਤੇ ਉੱਤੋਂ ਉਹ ਗਰੀਬ ਸੀ ਰੋਜ਼ੀ ਰੋਟੀ ਦਾ ਵੀ ਜਿਹੜਾ ਸੀ ਇੰਤਜ਼ਾਮ ਉਹਨੇ ਕਰਨਾ ਸੀ ਸੋ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਡਿਸਕ੍ਰਾਈਬ ਦਾ ਐਟੀਟਿਊਡ ਆਫ ਦਾ ਮੈਂਬਰਸ ਆਫ ਦਾ ਫੈਮਿਲੀ ਆਫ ਅੰਕਲ ਪੋਜ਼ਰਸ ਹੈਪਨਸ ਤਾਂ ਦੇਖੋ ਅੰਕਲ ਪੋਜ਼ਰ ਦੀਆਂ ਹੈਬਿਟਸ ਦੇ ਉੱਤੇ ਮੈਂਬਰਸ ਦਾ ਕੀ ਐਟੀਟਿਊਡ ਸੀ ਫੈਮਿਲੀ ਮੈਂਬਰ ਦਾ ਤਾਂ ਇਹ ਕੁਐਸਚਨ ਆਇਆ ਹੈ ਅੰਕਲ ਪੋਜ਼ਰ ਹੈਂਗਸ ਆ ਪਿਕਚਰ ਦੇ ਵਿੱਚੋਂ ਅੱਛਾ ਜੀ ਫਿਰ ਕੁਐਸਚਨ ਆਇਆ ਹੈ ਹੂ ਵਰ ਦਾ ਕੈਲਵਿਸ ਇਹ ਡਾਲਸ ਹਾਊਸ ਵਾਲੇ ਚ ਕੁਐਸਚਨ ਹੈ ਕਿ ਕੈਲਵਿਸ ਕੌਣ ਸੀ ਠੀਕ ਹੈ ਤਾਂ ਕੈਲਵਿਸ ਕੌਣ ਸੀ ਵਾਸ਼ਰਮੈਨ ਦੇ ਬੱਚੇ ਸੀ ਵਾਟ ਆਰ ਜੋਏ ਐਂਡ ਡੈਲੀਆ ਇਮਬੀਸ਼ਨਸ ਸ ਸਰਵਿਸ ਆਫ ਲਵ ਚੈਪਟਰ ਵੀ ਇੰਪੋਰਟੈਂਟ ਹੈ ਉਹਦੇ ਵਿੱਚ ਜੋਏ ਤੇ ਡੈਲੀਆ ਦੇ ਐਮਬੀਸ਼ਨਸ ਕੀ ਸੀ ਉਹਨਾਂ ਦੀਆਂ ਛਾਵਾਂ ਉਹਨਾਂ ਦੇ ਜਿਹੜੀਆਂ ਆਪਾਂ ਕਹਿੰਦੇ ਗੋਲਸ ਕੀ ਸੀ ਫਿਰ ਹੈ ਮਿਨੀ ਦਾ ਕਰੈਕਟਰ ਸਕੈਚ ਸਟੋਰੀ ਦੇ ਵਿੱਚੋਂ ਇੰਟਰੋਡਿਊਸ ਮਿਨੀ ਲਿਖਿਆ ਤਾਂ ਕੀਵਰਡ ਲੱਭੋ ਮਿਨੀ ਦਾ ਇਟ ਮੀਨਸ ਮਿਨੀ ਦਾ ਸੀ ਕਰੈਕਟਰ ਸਕੈਚ ਕਰਨਾ ਹੈ ਕਾਬੁਲੀ ਵਾਲਾ ਚੈਪਟਰ ਦੇ ਵਿੱਚੋਂ ਉਸ ਤੋਂ ਬਾਅਦ ਹੈ ਪੈਰਾਗ੍ਰਾਫ ਨੂੰ ਹਿੰਦੀ ਜਾਂ ਪੰਜਾਬੀ ਚ ਲਿਖੋ ਹਿੰਦੀ ਮੀਡੀਅਮ ਵਾਲੇ ਹਿੰਦੀ ਚ ਪੰਜਾਬੀ ਮੀਡੀਅਮ ਵਾਲੇ ਪੰਜਾਬੀ ਚ ਤਾਂ ਲਾਈਫ ਇਜ਼ ਲਾਈਫ ਇਨ ਥਿਸ ਵਰਡ ਇਜ਼ ਕਨਸਟੈਂਟ ਸਟਰਗਲ ਤਾਂ ਜੀਵਨ ਦੇ ਵਿੱਚ ਇਸ ਸੰਸਾਰ ਚ ਜਿਹੜਾ ਜੀਵਨ ਹੈ ਉਹ ਲਗਾਤਾਰ ਸੰਘਰਸ਼ ਹੈ every man tries to outstrip his fellow man in the race of life har ek banda apne jada zindagi di dor de vich apne naal waleyan nu pichhad ke agge langna chahnda hai koshish karda hai he who is alert ate oh jada sachet hai has the capacity to act with promptness comes out successfully ate jada bande ch kala hai ki baahar nikaln di ta oh jald hi safal ho janda hai ਬਟ ਹੀ ਹੂ ਵੇਵਰਸ ਇਜ਼ ਇਜ਼ ਲੈਫਟ ਫਾਰ ਬਿਹਾਈਂਡ ਪਰ ਜਿਹੜੇ ਦੀਆਂ ਇੱਛਾਵਾਂ ਜਿਹੜੀਆਂ ਨੇ ਘੱਟ ਹੁੰਦੀਆਂ ਜਾਂ ਫਿਰ ਜਿਹੜਾ ਵੇਵਰ ਹੁੰਦਾ ਉਹ ਪਿੱਛੇ ਰਹਿ ਜਾਂਦਾ ਹੈ ਵੇਕਸ ਟੂ ਫਾਈਂਡ ਵੇਕਸ ਟੂ ਫਾਈਂਡ ਹਿਮਸੈਲਫ ਹੈਲਪਲੈਸਲੀ ਬੀਟਨ ਅਤੇ ਉਹ ਆਪਣੇ ਆਪ ਨੂੰ ਲਤਾੜੇ ਜਾਣ ਤੇ ਜਿਹੜਾ ਹੈ ਹੈਲਪਲੈਸ ਹੋ ਜਾਂਦਾ ਹੈ ਹੈਲਪਲੈਸ ਮਤਲਬ ਮਜਬੂਰ ਹੋ ਜਾਂਦਾ ਹੈ ਠੀਕ ਹੈ ਇੱਕ ਬੰਦਾ ਅੱਗੇ ਨਿਕਲ ਜਾਂਦਾ ਤਾਂ ਦੂਜਾ ਜਿਹੜਾ ਹੈ ਪਿੱਛੇ ਰਹਿ ਜਾਂਦਾ ਸੋ ਤਾਂ ਕਰਕੇ ਜਿਹੜਾ ਹੈ ਦੇਰਫੋਰ ਆ ਮੈਨ ਮਸਟ ਸੀਜ਼ ਦਾ ਡੇ ਤਾਂ ਸਾਨੂੰ ਆਪਣਾ ਡੇ ਸੀਜ਼ ਕਰਕੇ ਰੱਖਣਾ ਚਾਹੀਦਾ ਆਪਣੀ ਪਲੈਨਿੰਗ ਕਰਕੇ ਕਹਿੰਦਾ ਮਤਲਬ ਕਰਨੀ ਚਾਹੀਦੀ ਹੈ ਸੋ ਐਦਾਂ ਆਪਾਂ ਨੇ ਬਣਾ ਕੇ ਆਉਣਾ ਉਸ ਤੋਂ ਬਾਅਦ ਇਹ ਫੋਰਨ ਸਟੂਡੈਂਟਸ ਲਈ ਹੈ ਸਾਡੇ ਲਈ ਨਹੀਂ ਹੈ ਆਪਾਂ ਫੋਰਨਰ ਨਹੀਂ ਹੈਗੇ ਆਪਾਂ ਇੰਡੀਅਨ ਆ ਤੇ ਸੈਕਸ਼ਨ ਸੀ ਦੇ ਵਿੱਚ ਆਪਾਂ ਨੇ 8 ਸੈਂਟੈਂਸ ਕਰਨੇ ਆ ਠੀਕ ਹੈ 2-2 ਨੰਬਰ ਦੇ ਨੇ ਤਾਂ ਇਹਦੇ ਵਿੱਚ ਜਿਹੜਾ ਹੈ ਆਪਾਂ ਨੇ ਇਹ ਜਿਹੜੀ ਟੈਲੀਗ੍ਰਾਮ ਦੇ ਉੱਤੇ ਮੈਂ ਪੂਰੀ ਤਰ੍ਹਾਂ ਸੋਲਵ ਕਰਕੇ ਪਾ ਦਾਂਗੀ ਮੈਨੂੰ ਮੈਸੇਜ ਕਰਕੇ ਜ਼ਰੂਰ ਕਹਿ ਦਿਓ ਕਿ ਮੈਂ ਪਾ ਦਵਾਂ ਕਿਉਂਕਿ ਬਿਜ਼ੀ ਸ਼ਡਿਊਲਸ ਮੈਂ ਭੁੱਲ ਜਾਨੀ ਆ ਤਾਂ ਜੂਲੀ ਡੋਟ ਡਰਿੰਕ ਟੀ ਵੈਰੀ ਆਫਨ ਤਾਂ ਇਹਨੂੰ ਆਪਾਂ ਬਣਾ ਕਲਿਕਨਾ ਹੈ ਜੂਲੀ ਡਸਨਟ ਡਰਿੰਕ ਟੀ ਵੈਰੀ ਆਫਨ ਠੀਕ ਹੈ ਡਸਨਟ ਡਰਿੰਕ ਆ ਜਾਏਗਾ ਜਿਹੜੇ-ਜਿਹੜੇ ਤਾਂ ਜਲਦੀ-ਜਲਦੀ ਬਣੀ ਚਾਣੇ ਮੈਂ ਬਣਾਈ ਚਾਣੇ ਆ ਠੀਕ ਹੈ ਬਾਕੀ ਜਿਹੜੇ ਰਹਿ ਜਾਂਦੇ ਨੇ ਉਹ ਮੈਂ ਉੱਥੇ ਪਾ ਦਾਂਗੀ ਡਸਨਟ ਡਰਿੰਕ ਆਏਗਾ ਇੱਥੇ ਉਸ ਤੋਂ ਬਾਅਦ ਦਾ ਰਿਵਰ ਫਲੋਜ਼ ਠੀਕ ਹੈ ਰਿਵਰ ਜਿਹੜਾ ਹੈ ਫਲੋ ਕਰਦਾ ਹੈ ਇਹ ਪ੍ਰੈਜ਼ੈਂਟ ਇਨਡੈਫਿਨਿਟ ਟੈਂਸ ਦੇ ਜਿਹੜੇ ਇਹ ਸੈਂਟੈਂਸ ਨੇ ਠੀਕ ਹੈ ਪ੍ਰੈਜ਼ੈਂਟ ਇਨਡੈਫਿਨਿਟ ਟੈਂਸ ਦੇ ਸੈਂਟੈਂਸ ਹੈ ਇਹ ਤੇ ਆਪਾਂ ਨੇ ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ ਵੀ ਜਿਹੜਾ ਹੈ ਬਣਾ ਸਕਦੇ ਆ ਪ੍ਰੈਜ਼ੈਂਟ ਸਿੰਪਲ ਚ ਵੀ ਤਾਂ ਮੈਂ ਪ੍ਰੈਜ਼ੈਂਟ ਸਿੰਪਲ ਚ ਬਣਾਇਆ ਹੈ ਦ ਰਿਵਰ ਫਲੋਜ਼ ਵੈਰੀ ਫਾਸਟ ਟੂਡੇ ਜਾਂ ਫਿਰ ਆਪਾਂ ਕੀ ਕਰ ਦੇਣਾ ਸੌਰੀ ਇਹਦੇ ਵਿੱਚ ਜਿਹੜਾ ਹੈਗਾ ਆਪਾਂ ਨੇ ਕੰਟੀਨਿਊਸ ਬਣਾਉਣਾ ਹੈ ਨਾ ਕੰਟੀਨਿਊਸ ਬਣਾਉਣਾ ਮੈਂ ਇੱਥੇ ਤੱਕ ਪੜਿਆ ਮੈਂ نیچے ਨਹੀਂ ਪੜਿਆ ਸੋ ਕੰਟੀਨਿਊਸ ਚ ਬਣਾਉਣਾ ਇਟ ਮੀਨਸ ਦ ਰਿਵਰ ਇਜ਼ ਫਲੋਇੰਗ ਆਏਗਾ ਔਰੇ ਦ ਰਿਵਰ is flowing very fast today kyunki ye keh rahe hain ki aaj badi tej veh re hai ta it means reha hai di gal aagi ta karke apane present continuous de vich gal karange theek hai ji te kali kali ch thodi gadbad ho gayi the the window was open and a bird dash into the room fly ta apane correct form likhni hai gi ede vich the window was open ho dekho past de vich hai window open si ta bird ki hoya a bird a bird flew ठीक है सैकेंड फॉर्म के लिखना सैकेंड फॉर्म की है फ्लाए फ्ल्यू सैकेंड फॉर्म कड़ी है फ्ल्यू फ्ल्यू इन टू द रूम तो एक जरा बर्ड हैगा क्योंकि खिड़की खुदी सीता जो पंछी है अंदर आ गया टॉम हैज़ डैश आउट देखो बीन या गोन लगा के बनाने टॉम हैज हूँ देखो टॉम हैज़ गोन आउट त टॉम जड़ा है बाहर गया हो विल बी बैक इन अबाउट एनआवर तो इतने जोड़ा है प्रजेंट परफेक्ट अपने यूज करना है मार्टिन कम्स फ्रॉम डैश लार्ज फैमली मार्टिन कम्स फ्रॉम अ लार्ज फैमिली ठीक है अ आएगा इतने एमली अरन अ लॉट ऑफ मनी दिस ईयर इतने प्रजेंट सिंपल या फिर पास सिंपल करना है हूँ दिस ईयर की गल है तो इट मीन्स प्रजेंट परफेक्ट त एमली हैज़ अर्नड आएगा उरे एमली अरन की थान थे हैज़ अर्नड अ लॉट ऑफ मनी दिस ईयर ठीक है ਤਾ ਆਪਾਂ ਨੇ ਕਿਉਂਕਿ ਇੱਥੇ ਇਸ ਸਾਲ ਦੀ ਗੱਲ ਹੈ ਤਾਂ ਆਪਾਂ ਨੇ ਪਾਸਟ ਨਹੀਂ ਬਣਾਣਾ ਆਪਾਂ ਨੇ ਪ੍ਰੈਜ਼ੈਂਟ ਪਰਫੈਕਟ ਚ ਬਣਾਣਾ ਹੈ ਪ੍ਰੈਜ਼ੈਂਟ ਪਰਫੈਕਟ ਚ ਕੀ ਲੱਗਦਾ ਹੈ ਹੈਜ਼ ਹੈਵ ਪਲੱਸ ਥਰਡ ਫਾਰਮ ਤਾਂ ਹੁਣ ਵਰਬ ਦੇ ਨਾਲ ਵਰਬ ਕਿਹੜੀ ਹੈ ਉਹ ਰਣਦਾ ਆਪਾਂ ਨੇ ਕੀ ਪਾ ਦੇਣਾ ਹੈ ਹੈਜ਼ ਅਰਨਡ ਠੀਕ ਹੈ ਤੇ ਇਸ ਈਅਰ ਦੇ ਲਈ ਫਰਸਟ ਸੈਮ ਦੇ ਲਈ ਅਤੇ ਸੈਕੰਡ ਸੈਮ ਦੇ ਲਈ ਤੁਹਾਨੂੰ ਜਿਹੜੇ ਹੈ ਟੈਂਸਿਸ ਬਹੁਤ अच्छी तरह ਆਉਣੇ ਚਾਹੀਦੇ ਨੇ ਫਰਸਟ ਅਸੈਂਬਲੀ ਸੈਕਿੰਡ ਸੈਮ ਦੇ ਲਈ ਤੁਹਾਨੂੰ ਵਾਇਸ ਅਤੇ ਨਰੇਸ਼ਨ ਅੱਛੇ ਤਰੀਕੇ ਨਾਲ ਆਉਣੀ ਚਾਹੀਦੀ ਹੈ ਹੁਣੇ ਤੋਂ ਹੀ ਤੁਸੀਂ ਇਸ ਦੀ ਤਿਆਰੀ ਕਰਨੀ ਸਟਾਰਟ ਕਰ ਦੋ ਤੇ ਅੱਗੇ ਹੈਗਾ ਸ਼ੀ ਮਸਟ ਅਪੋਲੋਜਾਈਜ਼ ਟੂ ਮੀ ਫਰਸਟ ਆਈ ਵਾਂਟ ਟੂ ਸਪੀਕ ਟੂ ਹਰ ਅੰਟਿਲ ਥੈਨ ਤੁਸੀਂ ਇੱਕ ਸੈਂਟੈਂਸ ਬਣਾਣਾ ਹੈ ਦੋਨਾਂ ਚੋਂ ਠੀਕ ਹੈ ਤਾਂ ਆਪਾਂ ਨੇ ਇਹਦੇ ਵਿੱਚ ਕੋਈ ਵੀ ਕਨੈਕਟਰ ਲਗਾ ਦੇਣਾ ਕਨਜਕਸ਼ਨ ਲਗਾ ਦੇਣੀ ਹੈ ਸ਼ੀ ਮਸਟ ਅਪੋਲੋਜਾਈਜ਼ ਟੂ ਮੀ ਫਰਸਟ फॉर फॉर uh, नहीं आना इतने इत ज बिकॉज लगा के बना सकते हो शी मस्ट अपोलोजाइज टू मी फर्स्ट बिकॉज आई वॉन्ट स्पीक टू हर अंटिल दैन तो इतने बिकॉज लगा के बड़ी आसानी नाल बना हो। ਹੋ ਸਕਦਾ ਤੁਹਾਡੀ ਗ੍ਰਾਮਰ ਚ ਕੁਝ ਹੋਰ ਹੋਵੇ ਲੇਕਿਨ ਤੁਸੀਂ ਬਿਕੋਜ਼ ਲਗਾ ਕੇ ਵੀ ਬਣਾ ਸਕਦੇ ਹੋ ਠੀਕ ਹੈ ਉਹ ਇਹ ਨਹੀਂ ਕਹਿੰਦੇ ਕਿ ਤੁਸੀਂ ਜਿਹੜੇ ਕਨੈਕਟਰ ਅਸੀਂ ਦਿੱਤੇ ਆ ਉਹਨਾਂ ਦਾ ਯੂਜ਼ ਕਰੋ ਕਿਉਂਕਿ ਆ ਆਈਲੈਟਸ ਦੇ ਵਿੱਚ ਆਪਾਂ ਕੁਝ ਹੋਰ ਕਰਦੇ ਆ ਤਾਂ ਆਪਾਂ ਨੂੰ ਬਿਕੋਜ਼ ਲਗਾ ਕੇ ਸੈਂਟੈਂਸ ਵੀ ਸਿਖਾਏ ਜਾਂਦੇ ਹੈ ਨਾ ਤਾਂ ਬਿਕੋਜ਼ ਲਗਾ ਕੇ ਆਪਾਂ ਬਣਾ ਸਕਦੇ ਆ ਬੀ ਕੇਅਰਫੁਲ ਸਾਵਧਨ ਰਹੋ ਯੂ ਵਿਲ ਹਰਟ ਯੋਰself ਡੈਸ਼ ਯੂ ਫਾਲ ਕਹਿੰਦੇ ਤੁਸੀਂ ਆਪਣੇ ਆਪ ਨੂੰ ਝੋਟ ਪਚਾ ਲੋਗੇ ਇਫ ਯੂ ਫਾਲ ਅਗਰ ਤੁਸੀਂ ਗਿਰ ਕੇ ਯੂ ਵਿਲ ਹਰਟ yourself if you fall ਜੇਕਰ ਤੁਸੀਂ ਗਿਰ ਜਾਂਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਸੱਟ ਲਗਾ ਲੈਂਦੇ ਹੋ ਠੀਕ ਹੈ ਨਿਕੋਲ ਜਿਹੜਾ ਹੈ ਡੈਸ਼ ਡਰਾਈਵ ਬਟ ਸ਼ੀ ਡਸਨਟ ਹੈਵ ਅ ਕਾਰ ਹੁਣ ਨਿਕੋਲ ਜਿਹੜੀ ਹੈ ਉਹ ਡਰਾਈਵ ਤਾਂ ਕਰ ਸਕਦੀ ਆ ਬਟ ਉਹਦੇ ਕੋਲੇ ਕਾਰ ਨਹੀਂ ਹੈ ਤਾਂ ਇੱਥੇ ਕੀ ਆਏਗਾ ਸਕਦੀ ਹੈ ਨਾ ਆਪਣੇ ਕੀ ਗੱਲ ਕੀਤੀ ਹੈ ਕਿ ਕਾਰ ਡਰਾਈਵ ਕਰ ਸਕਦੀ ਆ ਕੈਨ ਡਰਾਈਵ ਠੀਕ ਹੈ ਨਿਕੋਲ ਕੈਨ ਡਰਾਈਵ ਨਿਕੋਲ ਡਰਾਈਵ ਤਾਂ ਕਰ ਸਕਦੀ ਹੈ ਬਟ ਕਾਰ ਨਹੀਂ ਹੈ ਠੀਕ ਹੈ ਕੈਨ ਸੁਟੇਬਲ ਆ आई यूज ब्रश टू टीथ सॉरी आई यूज टुथब्रश टू ब्रश माई टीथ तो यू आप जो है सेंटेंस uh, सही करके बनाया हूँ यद आंसर तुम दोगे कि आप कि बनाइए आई यूज टुथब्रश टू ब्रश माई टीथ इस आंसर तुम मैनु दोगे कॉमेंट करके शैल वी मीट आफ्टर वर्क कि असी आफ्टर वर्क मीट करिएेक्ट है शैल वी मीट आफ्टर वर्क टूमोरो ईवनिंग ਤਾਂ ਇੱਥੇ ਜਿਹੜਾ ਹੈ ਆਪਾਂ ਆਫਟਰ ਦਾ ਵਰਕ ਆਏਗਾ ਕਿ ਆਫਟਰ ਵਰਕ ਆਏਗਾ ਆਫਟਰ ਵਰਕ ਜਿਹੜਾ ਸੋ ਟੇਬਲ ਹੈ ਸ਼ਲ ਵੀ ਮੀਟ ਆਫਟਰ ਵਰਕ ਕਿ ਅਸੀਂ ਵਕਤ ਤੋਂ ਬਾਅਦ ਮਿਲੀਏ ਤੇ ਸੂਜ਼ਨ ਵਾਸ ਵੇਅਰਿੰਗ ਅ ਬਲੈਕ ਜੀਨਸ ਠੀਕ ਹੈ ਤਾਂ ਜਿਹੜਾ ਹੈ ਸੂਜ਼ਨ ਵਾਸ ਵੇਅਰਿੰਗ ਇਹ ਵੀ ਤੁਸੀਂ ਜਿਹੜਾ ਹੈ ਕਰੈਕਟ ਕਰਕੇ ਮੈਨੂੰ ਦੱਸਣਾ ਹੈਗਾ ਸੈਂਟੈਂਸ ਕਿ ਕਿਹੜਾ ਹੈਗਾ ਸੂਜ਼ਨ ਵਾਸ ਵੇਅਰਿੰਗ ਅ ਬਲੈਕ ਜੀਨਸ ਠੀਕ ਹੈ ਜਾਂ ਇਹਦੇ ਵਿੱਚ ਜਿਹੜਾ ਹੈਗਾ ਅ ਕੱਟਿਆ ਜਾਏਗਾ ਤਾਂ ਕੀ ਕੱਟਿਆ ਜਾਏਗਾ ਠੀਕ ਹੈ ਤੁਸੀਂ ਮੈਨੂੰ ਦੱਸਣਾ ਹੈ उस तो बाद एट ऑब्जेक्टिव टाइप क्वेश्चन है नीचे अपन जी है ऑप्शन दिखाई हुई हैं अठ अपा ने करक्ट करने ने आई हैड माई कैमरा बट आई डिंट टेक एनी डैश आई हैड माई कैमरा मेरे को कैमरा लेकिन मैं कोई पिक्चर नहीं ली बट आई डिंट टेक एनी पिक्चर तो मैं कोई पिक्चर नहीं लई आई लुकड एवरीवेयर फॉर द बुक बाई बट आई डैश फाइंड इट मैं सारे कितने किताब ली हम देखो यह है वर्बी सैकेंड फॉर्म ठीक है तो आई लुकड एवरीवेयर मैं सारे कितने किताब ली बट आई कुडंट के मैनू नहीं ली ठीक है मैं ली पर मैनू नहीं ली कुडंट आएगा कुड नहीं आएगा क्योंकि उरे बट आ गया बट मतलब पर यानी कि लब्बी नहीं उस तो वुड यू लाइक टू बी एन एक्टर कि तुम एन एक्टर बनना चाहते हो ठीक है एन एक्टर क्योंकि यहाँ है वावल है ਤਾਂ ਤੁਸੀਂ ਕੀ ਤੁਸੀਂ ਐਕਟਰ ਬਣਨਾ ਚਾਹੁੰਦੇ ਹੋ ਤਾਂ ਆਪਾਂ ਸੈਕਿੰਡ ਵਾਲੀ ਆਪਸ਼ਨ ਕਰੈਕਟ ਕਰਾਂਗੇ ਦੇਖੋ ਕਿੰਨੀ ਇਜ਼ੀ ਆ ਡਿਟਰਮਿਨਰ ਆਏ ਹੋਏ ਆ ਇੱਥੇ ਉਸ ਤੋਂ ਵਚ ਹੈ ਜੋਨਾਥਨ ਕੁਕਸ ਇਨ ਅ ਰੈਸਟੋਰੈਂਟ ਜੋਨਾਥਨ ਰੈਸਟੋਰੈਂਟ ਚ ਕੁਕ ਕਰਦਾ ਹੈ ਹੀ ਇਜ਼ ਡੈਸ਼ ਤਾਂ ਹੁਣ ਦੇਖੋ ਵੇਟਰ ਤਾਂ ਕੁਕ ਕਰਦਾ ਨਹੀਂ ਇੰਟਰਪ੍ਰੀਟਰ ਤਾਂ ਇੰਟਰਪ੍ਰੀਟ ਕਰਦਾ ਹੈ ਕਿਸੇ ਸਟੋਰੀ ਨੂੰ ਕਿਸੇ ਕੀ ਚੀਜ਼ ਨੂੰ ਤਾਂ ਆਪਾਂ ਇੱਥੇ ਕੀ ਲਿਖਾਂਗੇ ਸ਼ੈਫ ਠੀਕ ਹੈ ਤਾਂ ਜੋਨਾਥਨ ਰੈਸਟੋਰੈਂਟ ਚ ਕੁਕ ਕਰਦਾ ਹੈ ਉਹ ਇੱਕ ਸ਼ੈਫ ਹੈ ਤਾਂ ਸ਼ੈਫ ਜਿਹੜਾ ਹੈ ਆਪਾਂ ਨੇ ਇੱਥੇ ਲਿਖਣਾ ਹੈ ਆਈ ਇੰਜੋਏਡ i enjoy dash by the sea i enjoy the holidays by the sea ٹھیک ہے جےدوں میں سمندر چ سی سمندر دے نیڑے سی تا میں انجوائے او ولیاں ہالیڈیز نو انجوائے کیتا ویئر ویئر ڈیش یور فیملی لِو ویئر ایتھے دیکھو ویئر ڈاز یور فیملی لِیو ہن فیملی دی گل کیتی ہے ٹھیک ہے یور فیملی فیملی پریوار تہاڈا پریوار کِتھے ہے تا ویئر ڈاز یور فیملی لِیو تہاڈی فیملی جڑی ہے کِتھے رہندی ہے what does jack do jack ki karda hai ki jack has he got a job eh bhi sahi hai ke ki us nu job mil gi does he have a job bhi sahi hai waise ye sare hi sahi hai lekin zyada suitable keda hai has he got a job ki us nu job mil gi hai ya fir apa dono likh sakte hai ke is he having a job ki ohde kol job hai ki oh job kar re ho to dono hi sahi hai can you play da piano ki tusi piano play kar sakde ho ਯਾ ਫਿਰ ਤੁਸੀਂ ਐਵੇਂ ਵੀ ਲਿਖ ਸਕਦੇ ਹੋ ਕੈਨ ਯੂ ਪਲੇ ਅ ਪਿਆਨੋ ਦੋਨੋ ਹੀ ਸਟੇਬਲ ਹੈ ਇਹ ਸੈਂਟੈਂਸ ਇਹਨਾਂ ਨੇ ਕੰਫਿਊਜ਼ਿੰਗ ਕਰਨ ਲਈ ਦਿੱਤੇ ਨੇ ਆਪਾਂ ਇਹਦੇ ਵਿੱਚ ਜਿਹੜਾ ਹੈ ਅ ਪਿਆਨੋ ਵੀ ਪਾ ਸਕਦੇ ਲੇਕਿਨ ਅ ਪਿਆਨੋ ਦੀ ਜਗ੍ਹਾ ਤੇ ਆਪਣਾ ਦਾ ਜਿਹੜਾ ਹੈ ਜ਼ਿਆਦਾ ਸਟੇਬਲ ਹੈ ਆਈ ਡੋਟ ਈਟ ਮਚ ਡਿਊਰਿੰਗ ਦਾ ਡੇ ਮੈਂ ਜ਼ਿਆਦਾ ਦਿਨ ਚ ਖਾਂਦਾ ਨਹੀਂ ਆਈ ਨੇਵਰ ਅ ਆਈ ਨੇਵਰ ਹੈਵ ਅ ਬ੍ਰੇਕ ਜਾਂ ਫਿਰ ਹੈਵ ਲੰਚ ਤਾਂ ਇਹਦੇ ਵਿੱਚ ਜਿਹੜਾ ਕਹਿੰਦੇ ਮੈਂ ਜ਼ਿਆਦਾ ਨਹੀਂ ਖਾਂਦਾ ਤਾਂ ਇਟ ਮੀਨਸ ਆਈ ਨੇਵਰ ਹੈਵ ਅ ਲੰਚ ਮੈਂ ਕਦੇ ਦੁਪਹਿਰੇ ਖਾਣਾ ਨਹੀਂ ਖਾਂਦਾ ਹੁਣ ਇਹ ਸਾਫ਼ ਕਹਿ ਰਹੇ ਨੇ ਕਿ ਮੈਂ ਦੁਪਹਿਰੇ ਵੀ ਮੈਂ ਦਿਨ ਚ ਕੁਝ ਖਾਂਦਾ ਨਹੀਂ ਇਟ ਮੀਨਸ ਉਹ ਲੰਚ ਨਹੀਂ ਕਰਦਾ ਤਾਂ ਇੱਥੇ ਆਈ ਨੈਵਰ ਹੈਵ ਲੰਚ ਵੈਨ ਹੀ ਵਾਸ ਯੰਗਰ ਜਦੋਂ ਛੋਟਾ ਸੀ ਟਿਮ ਹੇਟਡ ਜਦੋਂ ਹੁਣ ਦੇਖੋ ਜਦੋਂ ਛੋਟਾ ਸੀ ਟਿਮ ਹੇਟਡ ਦ ਸਕੂਲ ਤਾਂ ਉਹਨੂੰ ਸਕੂਲ ਜਾਣਾ ਪਸੰਦ ਨਹੀਂ ਸੀ ਸਾਰਾ ਹੈਜ਼ ਲਿਵਡ ਇਨ ਪੈਰਿਸ ਪੈਰਿਸ ਚ ਰਹਿੰਦੀ ਹੈ ਐਕੂਰੇਟ ਟਾਈਮ ਦਿੱਤਾ ਫਿਕਸ ਟਾਈਮਿੰਗ ਦਿੱਤੀ ਹੈ ਤਾਂ ਆਪਾਂ ਕੀ ਲਿਖਾਂਗੇ ਸਿੰਸ ਫਾਈਨ जिथे एकूरेट टाइम है आई डेंट नो वट टू डू मैनू नहीं पता कि करना है सो so, ई आस्कड क्रिस फॉर फॉर एडवाइस तो मैं क्रिसू कहता कि एडवाइस ठीक है उस एडवाइस ले कि मैं कि करना एक्सपीरियंस नहीं आएगा इनफोमेन नहीं आएगा एडवाइस आएगा ये सारा क्वेश्चन पेपर से अगर कोई भी क्वायरी हुई तो मैं जरूर दस्यो कॉमेंट करके मैनू दस्यो कि ਤੁਹਾਨੂੰ ਵੀਡੀਓ ਕਿਦਾਂ ਦਾ ਲੱਗਿਆ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ